ਕੰਮ ਕਰਦਿਆਂ ਦੇ ਵਿੱਚ ਅੜਚਣਾ ਪਾਉਣੀਆਂ ਕਈ ਬੰਦਿਆਂ ਦੀ ਫਿਤਰਤ ਬਣ ਜਾਂਦੀ ਆ। ਜਿਹੜਾ ਪ੍ਰੈਕਟੀਕਲ ਕੰਮ ਆ, ਜਿਹੜਾ ਮੇਰਾ ਇਸ ਇਲਾਕੇ ਦੇ ਕਿਸੇ ਵੀ ਬੰਦੇ ਨੂੰ, ਕਿਸੇ ਵੀ ਮੇਰੇ ਇੱਥੇ ਦੇ ਰਹਿਣ ਵਾਲੇ ਵਸ਼ਿੰਦੇ ਨੂੰ, ਜੇ 0% ਪ੍ਰੋਬਲਮ ਆ ਤਾਂ ਮੈਨੂੰ 10% ਉਸ ਗੱਲ ਦੀ ਪ੍ਰੋਬਲਮ ਆ ਵੀ ਮੈਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਸੇ ਨੂੰ ਪ੍ਰੋਬਲਮ ਨਾ ਆਉਣ ਦੇਵਾਂ। ਜੇ ਮੈਨੂੰ ਲੱਗੇ ਮੇਰੇ ਇਲਾਕੇ ਦੇ ਵਿੱਚ ਮੇਰੀ ਕੁਰਸੀ ਕਰਕੇ ਕੋਈ ਪ੍ਰੋਬਲਮ ਆਉਂਦੀ ਹੈ, ਮੈਂ ਇਹੋ ਜਿਹੀ ਕੁਰਸੀ ਨੂੰ ਲੱਤ ਮਾਰ ਕੇ 2 ਮਿੰਟ 'ਚ ਪਰੇ ਹੋ ਜਾਵਾਂ। ਜੇ ਮੇਰੇ ਇਲਾਕੇ ਦੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੋਵੇ, ਮੈਂ ਉਹਨਾਂ ਇਲਾਕੇ ਵਾਲਿਆਂ ਨੇ ਆਹ ਦੀਵਾਰ ਬਣ ਰਹੀ ਆ, ਸਾਰੇ ਪ੍ਰਧਾਨ ਸਾਰੇ ਖੜ੍ਹੇ ਆ, ਇਹ ਚੀਜ਼ਾਂ ਨੂੰ ਸੋਭਾ ਬਣਾ ਕੇ ਅਸੀਂ ਸਾਡੇ ਬੱਚਿਆਂ ਨੇ ਰਹਿਣਾ ਇੱਥੇ। ਉਹ ਤੁਹਾਡੇ ਨੱਕ ਥੱਲੇ ਤਾਂ ਇਹ ਨਾਲਾ ਬਣਿਆ, ਜਦੋਂ ਬਣਦਾ ਸੀ ਉਦੋਂ ਕਰਦੇ ਵਿਰੋਧ ਤਾਂ। ਅੱਜ ਉਹ ਲੋਕ ਜਿਹੜੇ ਡੁੱਬੇ ਆ ਵਿਚਾਰੇ ਪਾਣੀ 'ਚ, ਜਿਨ੍ਹਾਂ ਦਾ ਨੁਕਸਾਨ ਹੁੰਦਾ ਬਰਸਾਤ ਦੇ ਵਿੱਚ, ਅੱਜ ਮੈਂ ਉਹਨਾਂ ਦੇ ਨਾਲ 2.5 ਸਾਲ ਹੋ ਗਏ, ਮੈਂ ਕਦੇ ਇਹਨਾਂ ਨੂੰ ਪਿੱਠ ਨਹੀਂ ਦਿਖਾਈ ਲੋਕਾਂ ਨੂੰ, ਨਾ ਮੈਂ ਦਿਖਾਉਣੀ ਆ। ਇਹ ਜਾ ਕੇ ਕਿਸ਼ਤੀਆਂ ਲੈ ਕੇ ਗਲੀਆਂ ਦੇ ਵਿੱਚ ਖੜ ਕੇ ਆਪਣੇ ਆਪ ਆਪਣੇ ਮੂੰਹ 'ਤੇ ਚਪੇੜਾ ਮਾਰਿਆ ਕਰੋ, ਕਿਉਂਕਿ ਇਹ ਤੁਹਾਡੀ ਹਾਜ਼ਰੀ 'ਚ ਬਣਿਆ ਜੋ ਬਣਿਆ ਵਾ। ਪਹਿਲਾਂ ਮੈਂ ਸੀਵਰੇਜ 'ਚੋਂ 50 ਇੱਟਾਂ ਕਢਾਈਆਂ ਮੂੰਹ ਦੇ ਅੱਗੇ ਲਾਈਆਂ ਹੋਈਆਂ, ਪਾਈਆਂ ਕਿਸੇ ਜੋ ਹੈਗੀ ਆ, ਪਰ ਆਪਾਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਇਸ ਚੀਜ਼ ਵਿੱਚ, ਵੀ ਆਪਾਂ ਕੀ ਲੈਣਾ, ਪਰਮਾਤਮਾ ਦੇਖਦਾ ਵੈ ਜੇ ਹੋਰ ਕੋਈ ਨਹੀਂ ਦੇਖਦਾ। ਤੇ ਕੱਲ੍ਹ ਮੋਟਰ 5 ਮਿੰਟ 'ਚ ਮੋਟਰ ਚੱਲ ਗਈ, ਸਿਰਫ ਘਰੋਂ ਬਰਸਾਤ 'ਚ ਇੱਥੇ ਤੱਕ ਆਇਆ, ਗੱਡੀ ਕੱਢਣ 'ਚ ਟਾਈਮ ਲੱਗਾ, ਬਰਸਾਤ 5 ਮਿੰਟ 'ਚ ਮੋਟਰ ਚੱਲ ਗਈ, ਕਿਸੇ ਨੇ ਤਾਰ ਲਾਈ ਸੀ, ਤਾਰ ਠੀਕ ਕੀਤੀ, ਮੋਟਰ ਚਲਾ ਦਿੱਤੀ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਨਿਊ ਸ਼ਿਵਾਜੀ ਨਗਰ 'ਤੇ ਨਾਲਾ ਜਿਹੜਾ ਹੈਗਾ ਵੈ ਓਵਰਫਲੋ ਹੋ ਜਾਂਦਾ, ਜਿਸ ਕਰਕੇ ਸਾਰੇ ਅਫਸਰਾਂ ਨੂੰ ਲੈ ਕੇ ਇੱਥੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ। ਕੀ ਮਾਮਲਾ ਸੀਗਾ ਜਿਹੜਾ ਇੱਥੇ ਪਹੁੰਚਿਓ? ਕਈ ਵਾਰ ਇੱਥੇ ਦੇ ਜਿਹੜੇ ਐਕਸ ਕੌਂਸਲਰ ਰਹਿ ਚੁੱਕੇ ਨੇ ਉਹ ਬੜਾ ਵਿਰੋਧ ਕਰਦੇ ਨੇ, ਲੇਕਿਨ ਕਰਨਾ ਕੁਛ ਨਹੀਂ ਉਹਨਾਂ ਨੇ। ਗੱਲ ਸੁਣ ਲਓ, ਕੰਮ ਕਰਦਿਆਂ ਦੇ ਵਿੱਚ ਅੜਚਣਾ ਪਾਉਣੀਆਂ ਕਈ ਬੰਦਿਆਂ ਦੀ ਫਿਤਰਤ ਬਣ ਜਾਂਦੀ ਆ। ਜਿਹੜਾ ਪ੍ਰੈਕਟੀਕਲ ਕੰਮ ਆ, ਜਿਹੜਾ ਮੇਰਾ ਇਸ ਇਲਾਕੇ ਦੇ ਕਿਸੇ ਵੀ ਬੰਦੇ ਨੂੰ, ਕਿਸੇ ਵੀ ਮੇਰੇ ਇੱਥੇ ਦੇ ਰਹਿਣ ਵਾਲੇ ਵਸ਼ਿੰਦੇ ਨੂੰ, ਜੇ 0% ਪ੍ਰੋਬਲਮ ਆ ਤਾਂ ਮੈਨੂੰ 10% ਉਸ ਗੱਲ ਦੀ ਪ੍ਰੋਬਲਮ ਆ ਵੀ ਮੈਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਸੇ ਨੂੰ ਪ੍ਰੋਬਲਮ ਨਾ ਆਉਣ ਦੇਵਾਂ। ਜਿਹੜਾ ਕੰਮ ਇਹਨਾਂ ਦੇ ਲੋਕਾਂ ਦੀਆਂ ਨੱਕ ਥੱਲੇ ਬਣਿਆ, ਜਦੋਂ ਨਾਲਾ ਬਣਿਆ ਵਾ ਉਦੋਂ ਆਹ 20 ਗਲੀਆਂ ਦਾ ਡੁੱਬਣ ਦਾ ਕਾਰਨ ਬਣਿਆ ਇਹਨਾਂ ਦੇ ਆਪਣੇ ਨੱਕ ਥੱਲੇ, ਜਦੋਂ ਇਹ ਮੌਜੂਦਾ ਕੌਂਸਲਰ ਸੀਗੇ ਉਦੋਂ ਨਹੀਂ ਇਹਨਾਂ ਨੇ ਨਾਲੇ ਦੀ ਵਿਰੋਧਤਾ ਕੀਤੀ। ਅੱਜ ਜੇ ਸੜਕ ਵਧੀਆ ਬਣ ਰਹੀ ਆ, ਲੋਕ ਵਧੀਆ ਇੱਥੇ ਲੰਘਣਾ ਬਸੇਰਾ ਵਧੀਆ ਹੋ ਰਿਹਾ ਵਾ, ਉਹ ਚੀਜ਼ 'ਚ ਹਜੇ ਬੂੰਦ ਰੱਬ ਇੱਕ ਸੁੱਟਦਾ ਨਹੀਂ, ਪਹਿਲਾਂ ਹੀ ਲੈ ਪੋ ਕੇ ਆ ਕੇ ਲੋਕਾਂ ਨੂੰ ਆਪਣੀ ਸ਼ੋਭਾ ਖੱਟਣ ਲਈ, ਵਾਹਵਾ ਕਰਾਉਣ ਲਈ ਆ ਕੇ ਲੈ ਪੋ ਕੇ ਦਿਖਾਉਣ ਲੱਗ ਪੈਂਦੇ ਆ, ਦੇਖੋ ਜੀ ਇਲਾਕਾ ਆਹ ਹੋ ਗਿਆ, ਆਹ ਮੈਂ ਤਾਂ ਇੱਥੇ ਖੜ੍ਹਾ, ਮੈਨੂੰ ਤਾਂ ਕੋਈ ਪ੍ਰੋਬਲਮ ਲੱਗਦੀ ਨਹੀਂ ਇਸ ਇਲਾਕੇ ਦੀ। ਜਦੋਂ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ, ਚਾਹੇ ਅੱਜ ਮੈਂ ਕੁਰਸੀ 'ਤੇ ਬੈਠਾ ਵਾਂ, ਜੇ ਮੈਨੂੰ ਲੱਗੇ ਮੇਰੇ ਇਲਾਕੇ ਦੇ ਵਿੱਚ ਮੇਰੀ ਕੁਰਸੀ ਕਰਕੇ ਕੋਈ ਪ੍ਰੋਬਲਮ ਆਉਂਦੀ ਹੈ, ਮੈਂ ਇਹੋ ਜਿਹੀ ਕੁਰਸੀ ਨੂੰ ਲੱਤ ਮਾਰ ਕੇ 2 ਮਿੰਟ 'ਚ ਪਰੇ ਹੋ ਜਾਵਾਂ। ਜੇ ਮੇਰੇ ਇਲਾਕੇ ਦੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੋਵੇ, ਮੈਂ ਉਹਨਾਂ ਇਲਾਕੇ ਵਾਲਿਆਂ ਨੇ ਆਹ ਦੀਵਾਰ ਬਣ ਰਹੀ ਆ, ਸਾਰੇ ਪ੍ਰਧਾਨ ਜੀ ਸਾਰੇ ਖੜ੍ਹੇ ਆ, ਇਹ ਚੀਜ਼ਾਂ ਨੂੰ ਸੋਭਾ ਬਣਾ ਕੇ ਅਸੀਂ ਸਾਡੇ ਬੱਚਿਆਂ ਨੇ ਰਹਿਣਾ ਇੱਥੇ, ਮੇਰੇ ਧੀਆਂ ਭੈਣਾਂ ਰਹਿੰਦੀਆਂ ਨੇ। ਜੇ ਮੈਂ ਇਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਆਪ ਸੀਰੀਅਸ ਹੋ ਕੇ ਕੰਮ ਨਹੀਂ ਕਰੂੰਗਾ ਤਾਂ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਮੈਨੂੰ ਵੋਟ ਪਾਉਣ ਦਾ। ਮੈਨੂੰ ਇਹਨਾਂ ਨੇ ਵੋਟਾਂ ਪਾ ਕੇ ਮਾਨ ਸਮਾਨ ਇਸ ਇਲਾਕੇ ਦੀ ਡਿਊਟੀ ਦਿੱਤੀ ਆ। ਜਿਹੜਾ ਬੰਦਾ ਇੱਥੇ ਆ ਲਾਈਵ ਹੋ ਕੇ 2 ਮਿੰਟ 'ਚ ਆ ਕੇ ਸਫਾਈ ਕਰਮਚਾਰੀਆਂ ਦਾ ਦੋਸ਼ ਕੱਢਣ ਲੱਗ ਪੈਂਦਾ, ਕਦੇ ਨਾਲੇ ਬਣਾਉਣ ਵਾਲਿਆਂ ਦਾ, ਉਹ ਤੁਹਾਡੇ ਨੱਕ ਥੱਲੇ ਤਾਂ ਇਹ ਨਾਲਾ ਬਣਿਆ, ਜਦੋਂ ਬਣਦਾ ਸੀ ਉਦੋਂ ਕਰਦੇ ਵਿਰੋਧ ਤਾਂ, ਆ ਹੁਣ 3-3 ਫੁੱਟ ਗਲੀਆਂ ਨਾਲੋਂ ਉੱਚਾ ਨਾਲਾ ਬਣਾ ਕੇ ਤੁਸੀਂ ਆਪ ਤਾਂ ਬਣਵਾਇਆ ਇਹ,
ਉਦੋਂ ਕਰਦੇ ਵਿਰੋਧ ਤਾਂ ਅੱਜ ਉਹ ਲੋਕ ਜਿਹੜੇ ਡੁੱਬੇ ਆ ਵਿਚਾਰੇ ਪਾਣੀ 'ਚ ਜਿਨ੍ਹਾਂ ਦਾ ਨੁਕਸਾਨ ਹੁੰਦਾ ਬਰਸਾਤ ਦੇ ਵਿੱਚ। ਅੱਜ ਮੈਂ ਉਹਨਾਂ ਦੇ ਨਾਲ 2.5 ਸਾਲ ਹੋ ਗਏ, ਮੈਂ ਕਦੇ ਇਹਨਾਂ ਨੂੰ ਪਿੱਠ ਨਹੀਂ ਦਿਖਾਈ ਲੋਕਾਂ ਨੂੰ, ਨਾ ਮੈਂ ਦਿਖਾਉਣੀ ਆ। ਇਹ ਜਾ ਕੇ ਕਿਸ਼ਤੀਆਂ ਲੈ ਕੇ ਗਲੀਆਂ ਦੇ ਵਿੱਚ ਖੜ ਕੇ ਆਪਣੇ ਆਪ ਆਪਣੇ ਮੂੰਹ 'ਤੇ ਚਪੇੜਾ ਮਾਰਿਆ ਕਰੋ, ਕਿਉਂਕਿ ਇਹ ਤੁਹਾਡੀ ਹਾਜ਼ਰੀ 'ਚ ਬਣਿਆ ਜੋ ਬਣਿਆ ਵਾ। ਯਾਰੀ ਸੀ ਉਸ ਐਮਐਲਏ ਨਾਲ, ਸਾਬਕ ਐਮਐਲਏ ਨਾਲ ਯਾਰੀ ਸੀ, ਇਸ ਕਰਕੇ ਆਪਣੇ ਆਪ ਨੂੰ ਬਚਾਉਣ ਲਈ, ਕਿਉਂਕਿ ਜਦੋਂ 2 ਨੰਬਰ ਦੇ ਧੰਦੇ ਕਰਨੇ ਆ ਕਿਸੇ ਬੰਦੇ ਨੇ ਤਾਂ ਆਪਣੇ ਆਪ ਨੂੰ ਬਚਾਉਣ ਲਈ ਉਦੋਂ ਉਹੋ ਜਿਹੀਆਂ ਯਾਰੀਆਂ ਜਾਂ ਉਦੋਂ ਦੇ ਸਮੇਂ ਦੀਆਂ ਦੋਸਤੀਆਂ ਪੁਗਾਈਆਂ ਨੇ। ਅੱਜ ਮੈਂ ਕੰਮ ਕਰ ਰਿਹਾ, ਮੈਂ ਹਲਕੇ ਸੈਂਟਰ ਦੇ ਲੋਕਾਂ ਨੂੰ ਨਾਲੇ ਇੱਥੇ ਦੇ ਰਹਿਣ ਵਾਲੇ ਮੇਰੇ ਪਰਿਵਾਰਕ ਬੰਦਿਆਂ ਨੂੰ ਇਹ ਗੱਲ ਕਹਿ ਰਿਹਾ, ਜਿਸ ਦਿਨ ਪੱਪੀ ਪਰਾਸ਼ਰ ਦੀ ਗੱਲ ਦੇ ਵਿੱਚ ਕੋਈ ਕਮੀ ਦੇਖੋਗੇ ਆਪਣੇ ਪ੍ਰਤੀ, ਬਿਲਕੁਲ ਨਾ ਮੈਨੂੰ ਵੋਟ ਪਾਇਓ। ਜੇ ਮੈਂ ਤੁਹਾਡੇ ਲਈ ਕੁਛ ਕਰੂੰਗਾ ਤਾਂ ਮੈਂ ਵੋਟ ਮੰਗਣ ਦਾ ਹੱਕਦਾਰ ਹਾਂ, ਜੇ ਨਹੀਂ ਕਰੂੰਗਾ ਬਿਲਕੁਲ ਨਾ ਵੋਟ ਪਾਇਓ ਮੈਨੂੰ। ਅਤੇ ਮੋਟਰਾਂ ਜਿਹੜੀਆਂ ਕੱਲ੍ਹ ਦਾ ਇੱਕ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ 'ਤੇ ਪਾਈ ਹੋਈ ਸੀ ਕਿ ਇੱਥੇ ਦੇ ਕਿਸੇ ਬੰਦੇ ਨੇ ਕਿ ਮੋਟਰਾਂ ਹੀ ਚੱਲ ਰਹੀਆਂ, ਮੋਟਰਾਂ ਹੀ ਚੱਲ ਰਹੀਆਂ, ਕਾਰਪੋਰੇਸ਼ਨ ਦੇ ਸੀਪੀ ਕਮਿਸ਼ਨਰ ਸਾਹਿਬ ਤੁਸੀਂ ਦੇਖੋ, ਲੇਕਿਨ ਉਹ ਫਿਰ ਮੋਟਰ ਆਪ ਕਿਉਂ ਨਹੀਂ ਚਲਾ ਪਾਏ? ਜਦੋਂ ਮੋਟਰਾਂ ਚੱਲਣ ਦਾ ਸਮਾਂ ਸੀਗਾ ਉਦੋਂ ਇਹਨਾਂ ਲੋਕਾਂ ਨੇ ਆਪਣੇ ਘਰ ਚਲਾਏ ਮੋਟਰਾਂ ਦੇ ਬਹਾਨੇ ਨਾਲ। ਅੱਜ ਮੋਟਰਾਂ ਵੀ ਚੱਲ ਰਹੀਆਂ, ਜੋਨੀ ਜੀ ਖੜ੍ਹੇ ਆ, ਆਹ ਸਾਰੇ ਇਲਾਕੇ ਵਾਲੇ ਖੜ੍ਹੇ ਆ, ਇਸ ਵਾਰਡ ਵਾਲੇ ਖੜ੍ਹੇ ਆ, ਇਹ ਪਿਓ ਪੁੱਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਕੋਈ ਬਰਸਾਤ ਦਾ ਮੌਸਮ ਆਉਂਦਾ ਆ ਸਾਰੇ ਮਹੱਲੇ ਵਾਲਿਆਂ ਨੂੰ ਪੁੱਛ ਸਕਦੇ ਹੋ, ਇੱਥੇ ਖੜ੍ਹ ਕੇ ਡਿਊਟੀ ਦੇ ਰਹੇ ਆ। ਗੱਲਾਂ ਤਾਂ ਕਈ ਚੁੱਭਦੀਆਂ ਨੇ, ਹੁਣ ਉਹਨਾਂ ਨੂੰ ਚੁੱਭੀ ਜਾਣ, ਪਰ ਫੈਸਲਾ ਇਹਨਾਂ ਲੋਕਾਂ ਨੇ ਕਰਨਾ ਜਿਹੜੇ ਲੋਕ ਇੱਥੇ ਦੇ ਰਹਿਣ ਵਾਲੇ ਆ। ਇਹਨਾਂ ਨੂੰ ਪਤਾ ਵਾ ਵੀ ਕਿਹੜਾ ਬੰਦਾ ਕੰਮ ਕਰ ਰਿਹਾ, ਕਿਹੜਾ ਬੰਦਾ ਸਿਰਫ ਆ ਕੇ ਸ਼ੋਸ਼ੇਬਾਜ਼ੀਆਂ ਵੀਡੀਓ ਦੇ ਵਿੱਚ ਆ ਗਏ, ਕੋਈ ਪਾਣੀ 'ਚ ਖੜ੍ਹਾ ਗੱਲਾਂ ਕਰ ਰਿਹਾ ਵਾ। ਜੇ ਕਿਸੇ ਦੇ ਇੱਥੇ ਟਰਾਂਸਫਾਰਮਰ ਤਾਂ ਲੱਗਣ ਨਹੀਂ ਦਿੰਦੇ ਸੀ, ਅੱਜ ਜਿਹੜੇ ਪਾਣੀ 'ਚ ਤੁਰੇ ਫਿਰਦੇ ਆ, ਉਦੋਂ ਤਾਂ ਕਹਿੰਦੇ ਸੀ ਆ ਅਸੀਂ ਟਰਾਂਸਫਾਰਮਰ ਨਹੀਂ ਲੱਗਣ ਦੇਣਾ ਇੱਥੇ। ਇਸ ਕਰਕੇ ਕੰਮ ਕੀਤਾ ਵਾ, ਕੰਮ ਦੇ ਵਿੱਚ ਨੀਅਤ ਅਤੇ ਨੀਤੀ 'ਚ ਫਰਕ ਨਹੀਂ ਗਾ। ਐਮਐਲਏ ਸਾਹਿਬ ਦੇ ਇੱਕ ਸਵਾਲ ਆ ਜਾਂਦਾ ਕਿ ਉਹ ਨੀਤੀ 'ਚ ਨੀਅਤ 'ਚ ਫਰਕ ਤਾਂ ਬਿਲਕੁਲ ਹੋਣਾ ਚਾਹੀਦਾ ਵਾ, ਲੇਕਿਨ ਉਹਦੀ ਨੀਤੀ ਸਾਫ਼ ਹੁੰਦੀ ਤਾਂ ਨੀਅਤ ਵੀ ਸਾਫ਼ ਹੁੰਦੀ ਤਾਂ ਕੰਮ ਹੋ ਜਾਂਦਾ? ਇਹ ਕੰਮ ਤਾਂ ਹੀ ਮੈਂ ਤੁਹਾਨੂੰ ਦੱਸਦਾ, ਹੁਣ ਕੰਮ ਹੁੰਦੇ ਦੇਖ ਕੇ ਉਹ ਨਹੀਂ ਬਰਦਾਸ਼ਤ ਹੋ ਰਿਹਾ ਵੀ ਕੰਮ ਹੋ ਗਿਆ ਤਾਂ ਲੋਕਾਂ ਦੇ ਵਿੱਚ ਸਾਡੀ ਪਹਿਚਾਣ ਖਤਮ ਹੋ ਜਾਣੀ ਹੈ। ਪਹਿਚਾਣ ਵੈਸੇ ਹੀ ਲੋਕਾਂ 'ਚ ਇਹ ਵੀਡੀਓ 'ਚ ਆਉਣ ਨਾਲ ਨਹੀਂ ਹੁੰਦੀ, ਲੋਕਾਂ ਦਾ ਦੁੱਖ ਦਰਦ ਸੁਣਨਾ ਪੈਂਦਾ। ਜੇ ਦੁੱਖ ਦਰਦ ਸੁਣਾਂਗੇ ਇਹਨਾਂ ਦਾ ਲੋਕਾਂ ਦਾ ਤਾਂ ਹੀ ਇਹ ਲੋਕ ਸਾਡੇ ਨਾਲ ਖੜੂਗੇ, ਜੇ ਅਸੀਂ ਇਹਨਾਂ ਦਾ ਨਹੀਂ ਸੁਣਨਾ ਇਹਨਾਂ ਨੇ ਸਾਡੇ ਤੋਂ ਕੀ ਲੋਨ ਲੈਣਾ ਵਾ। ਲੇਕਿਨ ਐਮਐਲਏ ਸਾਹਿਬ ਉਹ ਵੀਡੀਓ ਤੁਹਾਡੀ ਬੜੀ ਚੱਲੀ ਸੀਗੀ ਅਤੇ ਉਸ ਲੋਕਾਂ ਨੇ ਵੀ ਤੁਹਾਡਾ ਸ਼ੁਕਰਾਨਾ ਕੀਤਾ ਜਦੋਂ ਤੁਸੀਂ ਟੋਕਾ ਮਹੱਲੇ ਦੇ ਵਿੱਚ ਤੁਹਾਡਾ ਮੁੰਡਾ ਕਾਕੂ ਅਤੇ ਤੁਸੀਂ ਅਤੇ ਤੁਹਾਡੀ ਪੂਰੀ ਟੀਮ ਜਿਹੜੀ ਆ ਨੰਗੇ ਪੈਰ 'ਤੇ ਉੱਥੇ ਲੋਕਾਂ ਨੂੰ ਜਿਹੜਾ ਖਾਣਾ ਵੀ ਪ੍ਰੋਵਾਈਡ ਕਰਾਇਆ ਸੀ ਫਲੱਡ ਦੇ ਸਮੇਂ ਦੇ ਵਿੱਚ, ਲੇਕਿਨ ਉਹਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਵੀ ਰੀਸ ਕਰ ਲਈਏ ਐਮਐਲਏ ਸਾਹਿਬ ਦੇ ਕਾਬਿਲ ਤੱਕ ਪਹੁੰਚੀਏ। ਨਹੀਂ, ਉਹ ਪੰਜਾਬੀ 'ਚ ਕਿਸੇ ਟਰੱਕ ਦੇ ਪਿੱਛੇ ਲਿਖਿਆ ਹੁੰਦਾ ਨਾ, ਸਾੜਨਾ ਰੀਸ ਕਰ, ਇਹਨਾਂ ਨੂੰ ਇਹੀ ਕਹੂੰਗਾ ਕੰਮ ਕਰੋ, ਉਸ ਗੱਲ ਦੀ ਜੈਲਸੀ ਨਾ ਕਰੋ। ਹੁਣ ਅਧਿਕਾਰੀ ਸਾਰੇ ਆਏ ਨੇ, ਕੀ ਹੁਣ ਮੁਆਇਨਾ ਕਿਸੀ? ਇਹ ਅਧਿਕਾਰੀ ਦਿਨ ਰਾਤ ਸਾਰੇ ਕਾਰਪੋਰੇਸ਼ਨ ਦੇ ਮੁਲਾਜ਼ਮ, ਮੈਨੂੰ ਇਸ ਗੱਲ ਦੀ, ਮੈਂ ਮੂੰਹ 'ਤੇ ਕਿਸੇ ਦੀ ਵਡਿਆਈ ਨਹੀਂ ਕਰਦਾ, ਮੈਨੂੰ ਇਸ ਗੱਲ ਦਾ ਵੀ ਇਹ ਟੀਮ ਨਾਲ ਮਾਣ ਆ। ਹਰ ਜਿਹੜਾ ਕਾਰਪੋਰੇਸ਼ਨ ਦਾ ਮੁਲਾਜ਼ਮ ਆ, ਸਾਡੇ ਕਮਿਸ਼ਨਰ ਸਾਹਿਬ, ਜੁਆਇੰਟ ਕਮਿਸ਼ਨਰ ਸਾਹਿਬ, ਸਾਰੇ ਅਧਿਕਾਰੀ ਜਿੰਨੇ, ਚਾਹੇ ਕੋਈ ਤਹਿ ਬਜ਼ਾਰੀ 'ਚੋਂ ਆ, ਚਾਹੇ ਕੋਈ ਸੈਂਟਰੀ ਇੰਸਪੈਕਟਰ ਆ, ਚਾਹੇ ਕੋਈ ਸਫਾਈ ਕਰਮਚਾਰੀ ਆ, ਚਾਹੇ ਕੋਈ ਸੀਵਰੇਜ ਵਾਲੇ ਆ, ਸਾਰੇ ਹੀ ਅਫਸਰ ਛਾਤੀ ਠੋਕ ਕੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਆ। ਮੈਂ ਸ਼ਾਬਾਸ਼ ਇਹਨਾਂ ਨੂੰ ਵੀ ਦਿੰਦਾ। ਇਸ ਤੁਸੀਂ ਕਦੀ ਉਹ ਨਹੀਂ ਕੀਤਾ ਕਿ ਇਹ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਅਧਿਕਾਰੀ ਨੇ ਜਾਂ ਸਫਾਈ ਕਰਮਚਾਰੀ, ਤੁਸੀਂ ਕਦੀ ਆਪਣੇ ਦਿਲ 'ਚ ਮਨ ਮੁਟਾਵ ਨਹੀਂ ਰੱਖਿਆ? ਸਫਾਈ ਅਸਲ ਤਾਂ ਜਿਹੜਾ ਵਾ ਮੇਰੇ ਆਪਣੇ ਹਿਰਦੇ ਦੀ ਗੱਲ ਸੁਣੋਗੇ, ਅਸਲੀ ਤਾਂ ਸਫਾਈ ਕਰਮਚਾਰੀ ਹੋਈ ਇਨਸਾਨੀਅਤ ਰੂਪ 'ਚ ਫਿਰਦਾ ਅੱਜ ਦੇ ਦਿਨ 'ਚ।
ਜੇ ਇਨਸਾਨੀਅਤ ਦਾ ਰੂਪ ਦੇਖਣਾ ਤਾਂ ਸਫਾਈ ਕਰਮਚਾਰੀ ਨੂੰ ਆਪਣੀ ਜੱਫੀ 'ਚ ਲੈ ਕੇ ਉਹਨੂੰ ਮਿਲ ਕੇ ਦੇਖੋ, ਫਿਰ ਮਨ ਨੂੰ ਸੰਤੁਸ਼ਟੀ ਹੁੰਦੀ ਆ। ਬਿਲਕੁਲ, ਇਹ ਸਾਡੇ ਨਾਲ MLA ਹਲਕਾ ਸੈਂਟਰਲ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਜੀ ਸਨ, ਜਿਨ੍ਹਾਂ ਦੇ ਨਾਲ ਜਿਹੜੇ ਨੇ ਕਈ ਅਧਿਕਾਰੀ ਨੇ, ਜੋਨੀ ਜੀ ਨੇ, ਲੇਕਿਨ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾਉਣੀ ਲਾਜ਼ਮੀ ਹੈ ਕਿ ਜਿਹੜੀਆਂ ਤਸਵੀਰਾਂ ਨੇ ਕਿ ਹੁਣ ਨਾਲੇ ਦੇ ਉੱਤੇ ਜਿਹੜੀ ਸਿਆਸਤ ਜਿਹੜੇ ਲੋਕ ਕਰਦੇ ਨੇ, ਉਹ ਸਿਆਸਤ ਜਿਹੜੇ ਨਾ ਕਰਨ, ਸਿਆਸਤ ਨਾ ਕਰਕੇ ਕੰਮ ਦੇ ਵਿੱਚ ਯਕੀਨੀ ਆਪਣਾ ਯੋਗਦਾਨ ਦੇਣ ਤਾਂ ਕਿ ਇਸ ਹਲਕੇ ਨੂੰ ਹੋਰ ਸਾਫ਼ ਸੁਥਰਾ ਬਣਾਏ। ਅਤੇ ਸਾਫ਼ ਗੱਲ ਕਹਿ ਦਿੱਤੀ MLA ਸਾਹਿਬ ਨੇ ਕਿ ਸੜ ਨਾ, ਰੀਸ ਕਰ, ਰੀਸ ਇਸ ਕਰਕੇ ਕਰ ਕਿ ਮੈਂ ਕੰਮ ਕਰ ਰਿਹਾ, ਤੂੰ ਸੜ ਨਾ ਅਤੇ ਰੀਸ ਕਰਕੇ ਆਪਣੀ ਸੋਸ਼ਲ ਮੀਡੀਆ ਉੱਤੇ ਵੀਡੀਓ ਨਾ ਪਾ ਅਤੇ ਰੀਸ ਕਰਤੇ ਹੈ। ਜੋਨੀ ਜੀ ਸਾਡੇ ਨਾਲ ਖੜੇ, ਜੋਨੀ ਜੀ ਸਾਰਾ ਦਿਨ ਐਕਟਿਵਾ 'ਤੇ ਘੁੰਮਦੇ, ਬਰਸਾਤ ਪੈਂਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਤੇ ਮੇਰਾ ਬੇਟਾ ਕੱਲ੍ਹ ਵੀ ਅਸੀਂ ਤਕਰੀਬਨ ਕਾਫੀ ਦੇਰ ਤੋਂ ਉੱਥੇ ਆਏ ਨਾ, ਜਦੋਂ ਇਹ ਕਹਿ ਰਹੇ ਸੀ ਮੋਟਰ ਨਹੀਂ ਚੱਲੀ, ਉਹ ਨਹੀਂ ਚੱਲੀ, ਕੁਦਰਤੀ ਲਾਈਟ ਜਾਣ ਨਾਲ ਕਿਸੇ ਨੇ ਸ਼ਰਾਰਤ ਕਰਤੀ ਬੈਟਰੀ ਤਾਰ ਲਾਉਣ ਨਾਲ। ਉਹ ਮੈਂ 5 ਮਿੰਟ 'ਚ ਆਇਆ ਅਤੇ ਤਾਰ ਲਾਈ, ਜਨਰੇਟਰ ਚਲਾਇਆ, ਮੇਰੇ ਮੁੰਡੇ ਨੇ ਨਾਲ ਇੱਕ ਲੇਬਰਸ ਮੁੰਡਾ ਨਾਲ ਸੀਗਾ ਚਲਾਇਆ, ਅਤੇ ਜਨਰੇਟਰ 'ਚ ਤੇਲ ਵੀ ਸੀ, 50 ਲੀਟਰ ਤੇਲ ਪਏ ਸੀ ਜਨਰੇਟਰ। ਸ਼ਰਾਰਤਾਂ ਕੌਣ ਕਰਦਾ ਆਪਾਂ ਹੁਣ ਕਿਸੇ ਦਾ ਨਾਂ ਕੀ ਲੈ ਸਕਦੇ? ਲੱਡ ਬੋਨ ਦੀਆਂ ਗੱਲਾਂ ਤੇ MLA ਸਾਨੂੰ ਐਕਟਿਵ ਕਰਨ ਦੀ ਖੁੱਲਾ। ਪਹਿਲਾਂ ਮੈਂ ਸੀਵਰੇਜ 'ਚੋਂ 50 ਇੱਟਾਂ ਕਢਾਈਆਂ, ਮੂੰਹ ਦੇ ਅੱਗੇ ਲਾਈਆਂ ਹੋਈਆਂ, ਵੀ ਪਾਈਆਂ ਕਿਸੇ ਵੀਡੀਓ ਹੈਗੀ ਆ, ਪਰ ਆਪਾਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਇਸ ਚੀਜ਼ ਵਿੱਚ, ਵੀ ਆਪਾਂ ਕੀ ਲੈਣਾ, ਪਰਮਾਤਮਾ ਦੇਖਦਾ ਵੈ ਜੇ ਹੋਰ ਕੋਈ ਨਹੀਂ ਦੇਖਦਾ। ਤੇ ਕੱਲ੍ਹ ਮੋਟਰ 5 ਮਿੰਟ 'ਚ ਮੋਟਰ ਚੱਲ ਗਈ, ਸਿਰਫ ਘਰੋਂ ਬਰਸਾਤ 'ਚ ਇੱਥੇ ਤੱਕ ਆਇਆ, ਗੱਡੀ ਕੱਢਣ 'ਚ ਟਾਈਮ ਲੱਗਾ, ਬਰਸਾਤ 5 ਮਿੰਟ 'ਚ ਮੋਟਰ ਚੱਲ ਗਈ, ਕਿਸੇ ਨੇ ਤਾਰ ਲਾਈ ਸੀ, ਤਾਰ ਠੀਕ ਕੀਤੀ, ਮੋਟਰ ਚਲਾ ਦਿੱਤੀ, ਔਰ 6-7 ਘੰਟੇ ਜਨਰੇਟਰ ਵੀ ਉੱਦਾਂ ਹੀ ਚੱਲਿਆ, ਬਲਾਈਟ ਹੈ ਨਹੀਂ ਸੀਗੀ ਔਰ ਪਾਣੀ ਖਿੱਚਦਾ ਰਿਹਾ। ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿੱਦਾਂ ਨਾਲਾ ਨੀ ਉੱਚਾ ਕਰਤਾ ਗਿਆ, ਮਹੱਲਾ ਨੀਵਾਂ ਕਰਤਾ ਗਿਆ, ਲੋਕ ਗੰਦ ਸਿੱਟਦੇ ਨੇ, ਉਹਦੇ ਕਰਕੇ ਕੋਈ ਰੁਕ ਜਾਂਦਾ ਵੈ, ਉਹ ਪਰੇਸ਼ਾਨੀਆਂ ਦੂਰ ਕਰਾਂਗੇ, ਲੱਗੇ ਹੋਏ ਆ, ਕੰਮ ਕਰਕੇ ਹਟਾਂਗੇ ਪੂਰਾ। ਬਿਲਕੁਲ, ਇਹ ਸਾਡੇ ਜੋਨੀ ਜੀ ਸੀਗੇ ਜਿਨ੍ਹਾਂ ਨੇ ਅਸ਼ੋਕ ਪ੍ਰਾਸ਼ਰ ਪੱਪੀ ਦੀ ਟੀਮ ਤੋਂ ਨੇ, ਜਿਹੜੇ ਸਾਫ਼ ਗੱਲ ਕਹੀ ਹੈ ਕਿ ਕੰਮ ਜਿਹੜਾ ਕੀਤਾ ਜਾਊਗਾ ਨੀਤੀ 'ਚ ਕੋਈ ਫਰਕ ਨਹੀਂ ਰੱਖਿਆ ਜਾਊਗਾ। ਅਸ਼ੋਕ ਪ੍ਰਾਸ਼ਰ ਪੱਪੀ ਨੇ ਸਾਫ਼ ਆ ਵੀ ਗੱਲ ਕਹਿਤਾ ਕਿ ਕੰਮ ਕਰ, ਰੀਸ ਨਾ ਕਰ, ਲੇਕਿਨ ਰੀਸ ਤਦ ਕੀਤੀ ਜਾਂਦੀ ਜੋ ਲੈਵਲ ਦੇ ਬਰਾਬਰ ਹੋਵੇ। ਲੁਧਿਆਣਾ ਕੈਮਰਾ ਮਹਾਨੀ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਦਾ ਜੀ।